ਘੋੜਾ ਇਹ ਜੰਮਿਆ ਤਾਂ ਕਾਲਾ ਹੋਊਗਾ ਪਰ ਉਮਰ ਵਾਲੇ ਨੇ ਹੌਲੀ ਹੌਲੀ ਚਿੱਟਾ ਹੋ ਜਾਣਾ। ਘੋੜੇ ਦਾ ਨਾਂ ਹੈ ਜੀ ਮੁਹੱਬਤ, ਉਮਰ ਹੈ ਜੀ ਚਾਰ ਦੰਦ। ਇਸ ਘੋੜੇ ਦਾ ਨਾਂ ਹੈ ਜੀ ਮੁਹੱਬਤ, ਉਮਰ ਹੈ ਚਾਰ ਦੰਦ। ਬਰੀਡ ਮਾਰਵਾੜੀ ਮੱਝੂ ਕੇ ਲਾਈਨ ਦਾ ਹੈ ਘੋੜਾ, ਫੌਜੀ ਦਾ ਬੱਚਾ ਹੈ। ਉਮਰ ਚਾਰ ਸਾਲ ਦਾ ਹਲੇ ਹੋਇਆ ਹੋਊਗਾ, ਇਹ ਚਾਰ ਦੰਦ ਹੈ, 60 ਇੰਚ ਦਾ ਕੱਦ ਹੈ। ਇਹਦੇ ਮਾਲਕ ਨੇ ਜੀ ਨੰਜਾ ਬਾਈ ਮਾਣੂ ਕਹਿੰਦੋ ਤੇ ਇੰਦਰ ਧਾਲੀਵਾਲ। ਫੌਜੀ ਘੋੜੇ ਦਾ ਹੈ ਬੱਚਾ, ਫੌਜੀ ਘੋੜਾ ਮੱਝੂ ਕੇ ਵਾਲੇ ਨੀਲੇ ਘੋੜੇ ਦਾ ਬੱਚਾ ਸੀ, ਐਡਮ ਉਹਨਾਂ ਦਾ ਉਹ ਭਰਾ ਹੈ। ਮੱਝੂ ਕੇ ਲਾਈਨ ਦੇ ਵਿੱਚ ਜਿਵੇਂ ਐਡਮ ਦਾ ਨਾਂ ਹੋਇਆ ਉਵੇਂ ਹੀ ਫੌਜੀ ਦਾ ਬਹੁਤ ਵੱਡਾ ਨਾਂ ਹੈ। ਫੌਜੀ ਪਿੱਛੇ ਜੇ ਚੜ੍ਹਾਈ ਕਰ ਗਿਆ ਬਾਈ ਜੋਤੀ ਮਾਂਗਣ ਜੀ ਦੀ ਅਸਤਬਲ ਚ ਰਿਹਾ ਉਹ ਫੌਜੀ ਘੋੜਾ। ਇੱਕ ਵਾਰੀ ਮੈਂ ਜਗਰਾਓ ਮੰਡੀ ਦੇਖਿਆ ਤੁਰਦਾ ਤਾਂ ਮੈਨੂੰ ਐ ਲੱਗਿਆ ਵੀ ਜੇ ਕਿਤੇ ਮੇਰੇ ਕੋਲ ਬਹੁਤ ਸਾਰਾ ਫਾਲਤੂ ਪੈਸਾ ਹੋਵੇ ਤੇ ਜਿੰਨੇ ਇਹਦਾ ਮਾਲਕ ਮੰਗੇ ਉਹਨੇ ਪੈਸੇ ਦੇ ਕੇ ਵੀ ਇਹ ਘੋੜਾ ਸਸਤਾ। ਘੋੜਾ ਉਹ ਐਂ ਤੁਰਦਾ ਸੀ ਜਿਵੇਂ ਕੋਈ ਟਿੰਕ ਤੁਰਿਆ ਆਉਂਦਾ ਹੁੰਦਾ। ਇਹ ਘੋੜਾ ਹਲੇ ਉਮਰ ਚ ਨਵਾਂ, ਮੰਨ ਲਓ ਹਲੇ ਵਛੇਰਾ ਹੀ ਹੈ। ਤਕਰੀਬਨ ਘੋੜਾ ਸਹੀ ਆਪਣੀ ਪੋਜੀਸ਼ਨ 6 ਸਾਲ ਦੀ ਉਮਰ ਚ ਆਉਂਦਾ। ਬਾਈ ਨੰਜਾ ਮਾਣੂ ਕੇ ਬਹੁਤ ਪੁਰਾਣੇ ਘੋੜਾ ਮਾਲਕ ਹੈ। ਅੱਗੇ ਵੀ ਇਹਨਾਂ ਕੋਲੇ ਕਈ ਨਰ ਘੋੜੇ ਰਹੇ ਹੈ ਜਿਹਨਾਂ ਦੇ ਵਿੱਚ ਮੇਰੇ ਯਾਦ ਹੈ ਮੱਥੇ ਫੁੱਲ ਵਾਲਾ ਘੋੜਾ ਇਹਨਾਂ ਦਾ ਬਹੁਤ ਮਸ਼ਹੂਰ ਹੁੰਦਾ ਸੀ। ਉਹ ਹਰੇਕ ਮੰਡੀ ਤੇ ਹਰੇਕ ਘੋੜਿਆਂ ਦੇ ਮੇਲੇ ਸਾਨੂੰ ਨਜ਼ਰ ਆਉਂਦਾ ਸੀ। 68 ਇੰਚ ਦਾ 4 ਸਾਲਾਂ ਦਾ ਘੋੜਾ ਮੁਹੱਬਤ ਜਿਹਦਾ ਪਿਓ ਹੈ ਫੌਜੀ, ਉਮਰ ਨਾਲ ਇਹਨੇ ਜਮਾਂ ਚਿੱਟਾ ਹੋ ਜਾਣਾ। ਬਾਈ ਨੰਜਾ ਜੀ ਦੇ ਘਰੇ ਹੀ ਇਹ ਜੰਮਿਆ ਤੇ ਅਸੀਂ ਵੀ ਇੱਕ ਘੋੜੀ ਖਰੀਦੀ ਸੀ ਉਹਦੇ ਮਗਰ ਇਹਨਾਂ ਦੇ ਇਸ ਘੋੜੇ ਦਾ ਬੱਚਾ ਸਾਡੇ ਕੋਲੇ ਆਇਆ, ਬਹੁਤ ਖੂਬਸੂਰਤ। ਉਹ ਵੀ ਇੱਕ ਰੰਗਾ ਨੀਲੇ ਰੰਗ ਦਾ ਵਛੇਰਾ, ਨੀਲੀ ਘੋੜੀ ਦੇ ਮਗਰ। ਨੰਜੇ ਬਾਈ ਉਹਨੇ ਪਿਛਲੇ ਸਾਲ ਵੀ ਸਾਡੇ ਕੋਲੇ ਆਪਣਾ ਘੋੜਾ ਡਿਸਪਲੇ ਲਈ ਲੈ ਕੇ ਆਏ ਸੀਗੇ ਤੇ ਅਸੀਂ ਬੜਾ ਧੰਨਵਾਦ ਕਰਦੇ ਹਾਂ। ਅੱਜ ਜਿਹੜਾ ਇਹ ਸਟੇਜ ਦੇ ਵਿੱਚ ਹੈ ਹੌਲੀ ਹੌਲੀ ਇਹਦੇ ਵਿੱਚ ਇੱਕ ਡੱਬ ਬਹਿਣਗੇ ਸਤਾਰਿਆਂ ਵਰਗੇ ਜਾਂ ਵੱਡੇ ਜਿਵੇਂ ਬਾਲਸ ਹੁੰਦੀਆਂ, ਉਹਨੂੰ ਗੁਲਦਾਰ ਸਬਜ਼ਾ ਜਾਂ ਟੈਂਪਲ ਗ੍ਰੇ ਸਟੇਜ ਕਹਿ ਦਿੰਦੇ ਆ। ਤੇ ਉਮਰ ਨਾਲ ਇਹਨੇ ਬਿਲਕੁਲ ਚਿੱਟਾ ਹੋ ਜਾਣਾ। ਤੇ ਜੇ ਕੋਈ ਅਣਜਾਣ ਬੰਦਾ ਜਿਹੜਾ ਨਵਾਂ ਘੋੜਿਆਂ ਦਾ ਸ਼ੌਕ ਪਾਲਦਾ, ਜਦੋਂ ਕਿਸੇ ਕਾਲੇ ਘੋੜੇ ਨੂੰ ਪਹਿਲਾਂ ਦੇਖਦਾ ਤੇ ਬਾਅਦ ਚ ਉਹਦੀਆਂ ਫੋਟੋਆਂ ਕਈ ਵਾਰੀ ਨੋਟਿਸ ਕਰਦਾ ਵੱਡੀ ਉਮਰ ਚ ਆਏ ਦੀਆਂ, ਤੁਹਾਨੂੰ ਬੜੀ ਹੈਰਾਨੀ ਹੁੰਦੀ ਆ ਵੀ ਇਹ ਕਾਲੇ ਤੋਂ ਇੰਨਾ ਚਿੱਟਾ ਕਿਵੇਂ ਹੋ ਗਿਆ। ਮੱਝੂ ਕੇ ਲਾਈਨ ਪੰਜਾਬ ਦੀ ਲਾਈਨ ਹੈ, ਬਰਨਾਲੇ ਜ਼ਿਲ੍ਹੇ ਦਾ